ਆ ਲੀਕ ਫਸੀ ਸੀ ਵੇਖ ਲਓ ਸਾਰੇ ਜਣੇ ਲੈ ਵੀ ਮਿੱਤਰੋ ਆਹ ਸੀ ਲੀਕ ਵੇਖ ਲਓ ਤੁਸੀਂ ਹੁਣ ਕਿੱਥੋਂ ਤੱਕ ਗੜੀਚੀ ਸੀ ਟਰਾਲੀ ਅਤੇ ਭਾਈ ਭਜਨ ਲੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਆਪਣੇ ਨਵੇਂ ਵਲੋਗ ਦੇ ਵਿੱਚ ਅਤੇ ਅੱਜ ਟਾਈਮ ਨਾਲ ਹੀ ਵੱਡੇ ਭਰਾ ਨੇ ਠਾਤਾ ਇੱਧਰ ਪਿੱਛੇ ਨਿਆਣੇ ਬਾਲ ਬੱਚੇ ਆਪਣੇ ਰੋਈ ਜਾਂਦੇ ਨੇ ਕੀ ਹੋ ਗਿਆ ਕੀ ਹੋ ਗਿਆ ਆਜਾ 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 ਹੁਣ ਮੇਰੇ ਕੋਲ ਟਰੈਕਟਰ ਤੇ ਬਹਿਣ ਮੈਂ ਟਰੈਕਟਰ ਤੇ ਹੁਣ ਬਹਿੰਦਾ ਵੀ ਚੁੱਕ ਲਿਆ ਹੁਣ ਇਹਨੂੰ ਇਹ ਵੀ ਮੈਨੂੰ ਟਰੈਕਟਰ ਤੇ ਬਾਲੇ ਅਤੇ ਅੱਜ ਆ ਬਾਊ ਜੀ ਨੇ ਸਵੇਰੇ ਸਵੇਰੇ ਠਾਤਾ ਉਹਨਾਂ ਨੇ ਜਾ ਕੇ ਨਾ ਟਰਾਲੀਆਂ ਕਢਾ ਕੇ ਆ ਪਹਿਲਾਂ ਜਰਾਵਰ ਦੀਆਂ ਟਰਾਲੀਆਂ ਫਸੀਆਂ ਕਠਾਣੀਆਂ ਅਤੇ ਹੁਣ ਉਹ ਕਢਾਉਣ ਚੱਲਾਂ ਵੇਖੋ ਹੁਣ ਕੀ ਸੀਨ ਬਣਦਾ ਉੱਥੇ ਜਾ ਕੇ ਕਿੰਨੀਆਂ ਕੁ ਫਸੀਆਂ ਨੇ ਕਿੰਨੀਆਂ ਕੁ ਨਹੀਂ ਉਹ ਭਾਵੇਂ ਥੋੜ੍ਹੀਆਂ ਫਸੀਆਂ ਉਹਨਾਂ ਨੂੰ ਹੁਣ ਕੱਢਣ ਲੱਗਿਆ ਡਰ ਬੜਾ ਲੱਗਦਾ ਕਿਉਂਕਿ ਉਹਨਾਂ ਦੀ ਫਲਾਵਟ ਜ਼ਿਆਦਾ ਹੁੰਦੀ ਅਤੇ ਚੱਲੀਏ ਫਿਰ ਪਿੱਛੇ ਖੜ੍ਹੇ ਨੇ ਆਪਣੇ ਅਰਜਨ ਸਿੰਘ ਵੈਲੀ ਹਿੰਮਤ ਸਿੰਘ ਆਉਂਦਾ ਪਾਪਾ ਪਹਿਲਾਂ ਮੈਨੂੰ ਝੂਟਾ ਦੇ ਟਰੈਕਟਰ 'ਤੇ ਫਿਰ ਕਿਸੇ ਹੋਰ ਪਾਸੇ ਜਾਏ ਐਵੇਂ ਹੀ ਗੱਲ ਹਿੰਮਤ ਆ ਬੰਦਾ ਹੈ ਨਾ ਪਿੱਛੇ ਖੜਾ ਜਿਹੜਾ ਆ ਇਹਨੇ ਸਾਰੇ ਨਿਆਣੇ ਵਿਗਾੜੇ ਨੇ ਸਾਡੇ ਆਹੋ ਮੈਂ ਵਿਗਾੜੇ ਇਹਨੇ ਸਾਰੇ ਹੂੰਟੇ ਆਟੇ ਜੇ ਦੇ ਕੇ ਹੁਣ ਪਹਿਲਾਂ ਇਹਨਾਂ ਨੂੰ ਪਹਿਲਾਂ ਦੇਣਾ ਪੈਂਦਾ ਹੂੰਟਾ ਟਰੈਕਟਰ 'ਤੇ ਪਾ ਕੇ ਫਿਰ ਕਿਤੇ ਹੋਰ ਪਾਸੇ ਜਾਣਾ ਪੈਂਦਾ ਸਤਿ ਸ਼੍ਰੀ ਅਕਾਲ ਮੰਮੀ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਠੀਕ ਠਾਕ ਬਾਲ ਬੱਚੇ ਠੀਕ ਨੇ ਤੁਹਾਡੇ ਸਭ ਠੀਕ ਠਾਕ ਵਧੀਆ ਇੱਕ ਤਾਂ ਠੀਕ ਹੈ ਇੱਕ ਤਾਂ ਕੁੜੀ ਆਪਸ ਤੰਗ ਹੀ ਕਰਦਾ ਛੋਟਾ ਤਾਂ ਤੰਗ ਹੀ ਕਰਦਾ ਵੱਡਾ ਠੀਕ ਹੈ ਨਾ ਮੰਮੀ ਆਹੀ ਨਾ ਗੱਲ ਛੋਟਾ ਕੌਣ ਹੈ ਹੈ ਛੋਟਾ ਕੌਣ ਹੁਣ ਤਾਂ ਭਾਵੇਂ ਲੋਕ ਤੈਨੂੰ ਵੱਡਾ ਆਖਣ ਲੱਗ ਗਏ ਹੁਣ ਪਰ ਪਹਿਲਾਂ ਤਾਂ ਨਹੀਂ ਸਣਾ ਮਰਜ਼ੀ ਹੈ ਚਲੋ ਫਿਰ ਆਪਾਂ ਚੱਲਦੇ ਹਾਂ ਹੁਣ ਵੇਖੀ ਜਾ ਕੇ ਉੱਥੇ ਕੀ ਸੀਨ ਬਣਿਆ ਕਢਾ ਕੇ ਇਹ ਟਰਾਲੀਆਂ ਭਰਾ ਦੀਆਂ ਚਲੋ ਜੀ ਹਿੰਮਤ ਸਿੰਘ ਆਪਣੀ ਦਾਦੀ ਕੋਲ ਹਾਂ ਕੈਸੇ ਹੋ ਫਸਾ ਦੀ ਫਿਰ ਟਰਾਲੀ ਸੁਬੇ ਸੁਬੇ ਹੈ ਨਿਕਾਲ ਲਈ ਇੱਕ ਮੈਂ ਉਹ ਕਾ ਫਸੀ ਦੀ ਅੱਛਾ 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 ਯਹਾਂ ਸੇ ਹੈ ਰਸਤਾ ਵਾਂ ਚੜਾਣੇ ਕਾ ਹੈ ਅੱਛਾ ਔਰ ਵੀਡੀਓ ਕੌਣ ਬਣਾਵੇਗਾ ਪੂਰੀ ਜ਼ਬਰਦਸਤ ਬਣਾਉਣੀ ਹੈ ਫੋਨ ਐਸੇ ਐਸੇ ਨਾ ਉਤਰੋ ਵੀ ਹਾਂਜੀ ਕਿਸੇ ਬਾਤ ਹਾਂ ਯੂਟਿਊਬ ਘੇਰੇਗੇ ਚੈਨਲ ਹੈ ਆਪਣਾ ਉਹ ਲਿਖ ਰਿਹਾ ਦੇਖ ਨਾਮ ਉਹ ਟਰੈਕਟਰ ਕੇ ਅੱਗੇ ਬੰਪਰ ਘੇਰ ਲਈ ਜੀ ਸਰਚ ਮਾਰ ਕੇ ਸਬਸਕ੍ਰਾਈਬ ਕਰ ਲਈ ਸਾਰੇ ਫੋਨ ਤੋਂ ਹੋਗੇ ਸਾਰੇ ਪੇ ਹਾਂ ਜੀ ਆਪਸ ਬੰਦੇ ਤਾਂ ਨਹੀਂ ਕੋਈ ਤਾਂ ਹਾਂ ਉਹ ਯੂਟਿਊਬ ਘੇਰੇਗੇ ਵੀਡੀਓ ਆਪਣੀ ਲੈ ਵੀ ਮਿੱਤਰੋ ਅੱਛਾ ਟੋਚਣ ਵਾਲਾ ਇਹ ਪੱਟਾ ਰੱਖਾ ਹੈ ਚਲੋ ਇਹ ਬੜੀਆ ਨਾ ਟੁੱਟਦਾ ਨਹੀਂ ਇਹ ਬੜਾ ਮਜ਼ਬੂਤ ਹੋਇਆ ਆ
ਅਸੀਂ ਮਿੱਤਰੋ ਵੇਖ ਲਓ ਤੁਸੀਂ ਛੋਟੇ ਟਰੈਕਟਰ ਦਾ ਬਸ ਆਹੀ ਹੋ ਜਾਂਦਾ ਹੈ ਵੀ ਜਿਵੇਂ ਮਾੜਾ ਜਿਹਾ ਅੜਿੱਕਾ ਅੜ ਗਿਆ ਤੇ ਉੱਥੇ ਅੜ ਜਾਂਦੀਆਂ ਟਰਾਲੀਆਂ ਬਾਕੀ ਇਹਨਾਂ ਦਾ ਰਿਸਕ ਵੀ ਬੜਾ ਹੁੰਦਾ ਪਲਟ ਪੁਲਟ ਨਾ ਜਾਣ ਕਿਉਂਕਿ ਫਲਾਵਟ 'ਚ ਹੁੰਦੀਆਂ ਨੇ ਮਿੱਤਰੋ ਹੋ ਗਿਆ ਸੋਨਾ ਦੀ ਕੱਲ੍ਹ ਲੋਡ ਗੱਠਾਂ ਵਾਲਾ ਜਿਹੜੀਆਂ ਆਪਣੀ ਪੈਲੀ ਦੀਆਂ ਬਣਵਾਈਆਂ ਹਨ ਆਪਣੇ ਮੀਰ ਜਰਾਵਰ ਦੀ ਇਹ ਟਰਾਲੀ ਨਵੇਂ ਮਿੱਤਰ ਕਰ ਲਿਆ ਪ੍ਰਧਾਨ ਨੇ ਸੋਨਾ ਲਈ ਕਾ 750 ਸਟਾਰਟ ਚੱਕ ਤੇ ਟਾਇਰ ਅੱਗੇ ਪਾਵਾਂਗੇ ਟੋਜਨ 605 ਨਾਲ ਉਹ ਲਈ ਜੇ ਵਿੱਚ ਕੰਬਾ ਆਉਂਦਾ ਵੀ ਨਿਕਲ ਲੈਣੀ ਬਾਈਕ ਟੋਜਨ ਪਾ ਲਈ ਫਸ ਕੇ ਫਿਰ ਤੰਗ ਹੋਵਾਂਗੇ ਜ਼ਿਆਦਾ ਬਾਈ ਵਜ਼ਨ ਲੈ ਕੇ ਪੈਲੀ ਚੋਂ ਕੱਢਣਾ ਬੜਾ ਔਖਾ ਹੁੰਦਾ ਟਰੈਕਟਰ ਲਈ ਆਪਾਂ ਐਵੇਂ ਹੀ ਆਖ ਦਿੰਦੇ ਹਾਂ ਫਲਾਣਾ ਟਰੈਕਟਰ ਨਹੀਂ ਜ਼ੋਰ ਲਾਉਂਦਾ ਢੀਂਗੜਾ ਟਰੈਕਟਰ ਨਹੀਂ ਜ਼ੋਰ ਲਾਉਂਦਾ ਪਤਾ ਉਹਨੂੰ ਹੀ ਲੱਗਦਾ ਜਿਹਦੇ ਪਿੱਛੇ ਟਰਾਲੀ ਪਈ ਹੁੰਦੀ ਹੈ ਹੁਣ ਇਹਦੇ ਵਿਚਾਰੇ ਦੀ ਭਾਅ ਦੀ ਬਣੀ ਹੈ ਇਸ ਟਾਈਮ ਗੈਲ ਵੱਢ ਲਈ 2 ਮਿੰਟ ਬ੍ਰੇਕ ਲਾਉਂਦੇ ਹਾਂ ਬਈ ਇਹਨਾਂ ਦਾ ਹੀ ਹੌਸਲਾ ਹੈ ਇੰਨਾ ਇੰਨਾ ਵਜਨ ਪਾ ਕੇ ਤੇ ਆਹ ਪੈਲੀ ਗਿੱਲੀ ਹੈ
ਹੁੰਦਾ ਵੀ ਮਿੱਤਰੋ ਇਹਨਾਂ ਚੀਜ਼ਾਂ ਤੋਂ ਹੀ ਡਰ ਲੱਗਦਾ ਚੰਗੀ ਭਲੀ ਤੁਰਦੀ ਤਰਾਈ ਆਉਂਦੀ ਸੀ ਤੇ ਪਿੱਛੇ ਜ਼ੋਰ ਤੇ ਬੜਾ ਲਾਇਆ ਟਰੈਕਟਰਾਂ ਦੋ ਥਾਵਾਂ ਤੇ ਪਹਿਲਾਂ ਖਲੋ ਚੱਲੀ ਸੀ ਤੇ ਫਿਰ ਇੱਥੇ ਆ ਕੇ ਐਂਡ ਲੱਗ ਹੀ ਗਿਆ ਅੰਤ ਹੋ ਗਿਆ ਟਰੈਕਟਰਾਂ ਦਾ ਵਿਚਾਰਿਆਂ ਦਾ ਤੇ ਵੇਖੋ ਹੁਣ ਇਹ ਲੀਕ ਤੁਹਾਨੂੰ ਕੱਲ੍ਹ ਦਾ ਵੀ ਪਤਾ ਕੱਲ੍ਹ ਵਾਲੀ ਵੀਡੀਓ ਜਿਹੜੇ ਭਰਾ ਵੇਂਦੇ ਨੇ ਵੀ ਦਲ ਦਲ ਜੀ ਹੋਈ ਸੀ ਹੋਰ ਰਾਹ ਵੀ ਕੋਈ ਕਿਧਰੋਂ ਟਰਾਲੀ ਕੱਢਣ ਨੂੰ ਆਈ ਰਸਤਾ ਸੀ ਬਸ ਇੱਕ ਤੇ ਲੀਕ ਬਣਾ ਕੇ ਇੱਕ ਵਾਰੀ ਫਿਰ ਜ਼ੋਰ ਲਵਾਵਾਂਗੇ ਜੇ ਨਿਕਲ ਗਈ ਤੇ ਵਧੀਆ ਗੱਲ ਹੈ ਲੈ ਵੀ ਮਿੱਤਰੋ ਆਪਣੇ ਭਰਾ ਕਰਨ ਵਾਲਾ ਭਤੀਜਾ ਲੱਗਦਾ ਆਪਣਾ ਭਰਾ ਜਿਵੇਂ ਮੂੰਹ 'ਤੇ ਚੜਿਆ ਉਹਦਾ ਵੀ 855 ਆ ਗਿਆ ਤਿੰਨਾਂ ਨਾਲ ਹੁਣ ਜ਼ੋਰ ਲਵਾਵਾਂਗੇ ਹੁਣ ਵੇਖੋ ਕੀ ਬਣਦਾ ਜੇ ਮਿਹਨਤ ਬੜੀ ਕਰਨੀ ਪਈ ਬੰਦਿਆਂ ਨੂੰ ਤੇ ਤਿੰਨ ਲਾਏ 855 ਇੱਕ ਆਪਣਾ ਅਰਜਨ ਸਿੰਘ ਵੈਲੀ ਤੇ ਸੋਨਾਲੀ ਦਾ 750 ਲੈ ਵੀ ਮਿੱਤਰੋ ਆਹ ਸੀ ਲੀਕ ਵੇਖ ਲਓ ਤੁਸੀਂ ਹੁਣ ਕਿੱਥੋਂ ਤਿੱਕਣਾ ਗੜੀਚੀ ਸੀ ਟਰਾਲੀ ਤੇ ਉੱਥੋਂ ਵੀ ਪਿੱਛੋਂ ਵੀ ਖਿੱਚਦੇ ਲਿਆਏ ਨੇ ਟਰੈਕਟਰ ਦੋ ਹੀ ਸਨ ਇੱਕ ਆਪਣੇ ਵਾਲਾ ਅਰਜਨ ਤੇ ਇੱਕ ਸੋਨਾਲੀ ਦਾ ਤੇ ਇੱਥੇ ਆ ਕੇ ਫਿਰ ਫਸ ਗਈ ਫਿਰ ਕਸੂਤੀ ਆ ਤੁਸੀਂ ਲੀਕ ਵੇਖ ਲਓ ਤੋੜ ਤਿੱਕਣਾ ਕਿਹੜੇ ਹੱਲਾਂ ਨਾਲ ਫਿਰ ਇੱਥੋਂ ਰਾਹ ਰੂਹ ਬਣਾ ਕੇ ਕੱਢੀ ਹੈ ਤੇ ਫਿਰ ਤਿੰਨ ਲਾਏ ਸਨ ਇੱਕ ਆਪਣੇ ਕਰਨਵੀਰ ਵਾਲਾ ਸਵਰਾਜ 855 ਆਪਣੇ ਵਾਲਾ ਅਰਜਨ ਅਤੇ ਸੋਨਾਲੀ ਕਾ ਪਰ ਲੈ ਗਏ ਨੇ ਪੱਟ ਕੇ ਫਿਰ ਆਹ ਲੀਚ ਫਸੀ ਸੀ ਵੇਖ ਲਓ ਸਾਰੇ ਜਣੇ ਕਿਉਂ ਫਿਰ ਵਿੱਕੀ ਛੱਡਦੇ ਆ ਭੈਣ ਚ ਕਿਤੇ ਟਰਾਲੀਆਂ ਟਰੂਲੀਆਂ ਨੂੰ ਆਹ ਲੈ ਜਾਏਗਾ ਵੈਲੀਆਂ ਦਾ ਲਾਣਾ ਪੱਟ ਕੇ ਆਹ ਮਿੱਤਰੋ ਅੱਜ ਦੇ ਵਲੋਗ ਦੀ ਸਮਾਪਤੀ ਆਪਾਂ ਇੱਥੇ ਕਰ ਦਿੰਦੇ ਹਾਂ ਭਰਾ ਆਪਣੇ ਪਿੱਛੇ ਗੱਠਾਂ ਵਾਲੇ ਸਾਰੇ ਆਹ ਵੀਰ ਨੇ ਉਹ ਮਿਹਨਤ ਕੀਤੀ ਲੀਕ ਲੂਕ ਬਣਾਈ ਏ ਹਾਂਜੀ ਠੀਕ ਰਹਿ ਗਿਆ ਕੰਮ ਫਿਰ ਨਿਕਲ ਗਈ ਟਰਾਲੀ ਜੇ ਫਸ ਜਾਂਦੇ ਫਿਰ ਜ਼ਿਆਦਾ ਔਖਾ ਹੋ ਜਾਣਾ ਅਤੇ ਮੀਂਹ ਵੀ ਆਪਣਾ ਬਾਰਿਸ਼ ਦਾ ਹੋ ਗਿਆ ਚਲੋ ਉਮੀਦ ਕਰਦੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਐਵੇਂ ਦੀ ਇੱਕ ਹੋਰ ਵੀਡੀਓ ਨਾਲ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਟਾਟਾ ਬਾਏ ਬਾਏ ਆਪਣਾ ਪਿਆਰ ਹਮੇਸ਼ਾ ਇਵੇਂ ਬਣਾਈ ਰੱਖਿਆ ਜੇ ਅਤੇ ਮਿਲਦੇ ਹਾਂ ਆਪਾਂ ਨਵੇਂ ਵਲੋਗ 'ਚ